ਆਪਣਿਆਂ ਤੋਂ ਹੀ ਘਿਰੀ ਅਤੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਲਈ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਆਮ ਆਦਮੀ ਪਾਰਟੀ ਦੇ MP ਪ੍ਰੋਫੈਸਰ ਸਾਧੂ ਸਿੰਘ ਦੇ ਪੁੱਤਰ ਐਡਵੋਕੇਟ ਰਾਜਪਾਲ ਸਿੰਘ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਜੈਤੋ ਵਿਖੇ ਬਣੇ ਖੇਡ ਸਟੇਡੀਅਮ ਵਿੱਚ ਵੋਟਾਂ ਮੰਗਣ ਪਹੁੰਚੇ, ਪਰ ਉਲਟਾ ਉੱਥੇ ਮੌਜੂਦ ਖਿਡਾਰੀਆਂ ਵੱਲੋਂ ਖਰੀਆਂ ਖਰੀਆਂ ਸੁਣਨੀਆਂ ਪੈ ਗਈਆਂ। ਖਿਡਾਰੀਆਂ ਨੇ ਕਿਹਾ ਕਿ ਵੋਟਾਂ ਲਈ ਹਰ 5 ਸਾਲ ਬਾਅਦ ਮੰਤਰੀਆਂ ਨੂੰ ਜਨਤਾ ਦੀ ਯਾਦ ਆ ਜਾਂਦੀ ਹੈ ਤੇ ਮੁੜ ਅਗਲੀ ਵਾਰ ਲਈ ਵੋਟਾਂ ਹਾਸਲ ਕਰਨ ਲਈ ਲੋਕਾਂ ਕੋਲ ਪਹੁੰਚਦੇ ਨੇ, ਪਰ ਪਿਛਲੇ ਵਾਅਦੇ ਨਾ ਤਾਂ ਪੂਰੇ ਕੀਤੇ ਜਾਂਦੇ ਨੇ ਤੇ ਨਾ ਹੀ ਕੋਈ ਸਾਰ ਲਈ ਜਾਂਦੀ ਹੈ। ਖਿਡਾਰੀਆਂ ਨੇ ਕਿਹਾ ਕਿ ਤੁਸੀਂ ਵੀ ਸੁਣੋ ਜੀ, ਕਹਿਣਾ ਤਾਂ ਕੀ ਹੈ, 5 ਸਾਲਾਂ 'ਚ ਅੱਜ ਪਹਿਲੀ ਵਾਰੀ ਉਹਨਾਂ ਨੂੰ ਸਟੇਡੀਅਮ ਦਿਸਿਆ, ਉਹ ਵੀ ਤਾਂ ਦਿਸਿਆ ਜੀ ਕਿਉਂਕਿ ਵਿਰੋਧ ਤਾਂ ਹੁਣ ਹੋ ਰਹੀ ਹੈ ਸਾਰੇ ਪਾਸੇ। ਅਸੀਂ ਉਹਨਾਂ ਨੂੰ 3 ਕੁਐਸਚਨ ਪੁੱਟ ਕੀਤੇ ਸੀਗੇ, ਵੀ ਇੱਕ ਤਾਂ ਸਾਡੇ ਸਟੇਡੀਅਮ ਦਾ ਕੰਮ ਕਿਉਂ ਨਹੀਂ ਹੋਇਆ, ਉਹ 'ਤੇ ਉਹਨਾਂ ਨੂੰ ਕੋਈ ਗੱਲ ਨਹੀਂ ਆਈ। ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ MP ਸਾਹਿਬ ਕਿਉਂ ਨਹੀਂ ਆਏ 5 ਸਾਲਾਂ ਦੇ ਵਿੱਚ, ਫਿਰ ਉਹਨਾਂ ਨੇ ਇਹ ਮੁੱਦਾ ਰੱਖਿਆ ਵੀ ਜੇ ਤੁਸੀਂ ਕੋਈ ਟੂਰਨਾਮੈਂਟ ਕਰਾਓਗੇ ਜਾਂ ਕਰਾਓਗੇ ਫਿਰ ਹੀ ਆਉਣਗੇ। ਇਹਦਾ ਮਤਲਬ ਤਾਂ ਇਹ ਵੀ ਇੱਕ ਆਮ ਆਦਮੀ MP ਨੂੰ ਨਹੀਂ ਮਿਲ ਸਕਦਾ, MP ਮੂਹਰੇ ਆਪਦੀਆਂ ਗੱਲਾਂ ਨਹੀਂ ਰੱਖ ਸਕਦਾ। ਅਸੀਂ ਤਾਂ ਹੁਣ ਇਹ ਚਾਹੁੰਦੇ ਸੀਗੇ ਜੀ, ਦੇਖੋ ਅਸੀਂ ਸਾਰਾ ਕੁਛ ਇਹਨਾਂ ਨੂੰ ਐਸਟੀਮੇਟ ਸਾਰਾ ਕੁਛ ਬਣਾ ਕੇ ਦਿੱਤਾ, ਪਰ ਕੁਛ ਨਹੀਂ, ਇਹਨਾਂ ਨੇ ਜਿਵੇਂ ਦੂਜੇ ਲੀਡਰ ਸੀਗੇ ਜੀ ਮਿੱਠੀ ਗੋਲੀ ਦਿੱਤੀ ਹੈ, ਇਹਨਾਂ ਨੇ ਵੀ ਮਿੱਠੀ ਹੀ ਗੋਲੀ ਦਿੱਤੀ ਹੈ। ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਸਟੇਡੀਅਮ ਐਂ ਬਣਾ ਦਾਂਗੇ, ਐਂ ਬਣਾ ਦਾਂਗੇ, ਪਰ ਸਾਨੂੰ ਲੱਗਦਾ ਨਹੀਂ ਵੀ ਇਹ ਕੁਛ ਕਰਨਗੇ, ਕਿਉਂਕਿ ਜਦੋਂ ਪਿਛਲੇ 5 ਸਾਲਾਂ ਦੇ ਵਿੱਚ ਇਹ ਅੱਜ ਆਏ ਆ, ਜਿੱਤਣ ਤੋਂ ਬਾਅਦ MP ਸਾਹਿਬ ਵੀ ਨਹੀਂ ਦਿਸੇ ਸਾਨੂੰ, ਅੱਜ ਵੀ ਸਾਨੂੰ ਪਤਾ ਲੱਗਿਆ ਵੀ MP ਸਾਹਿਬ ਦੇ ਮੁੰਡੇ, ਅਸੀਂ ਤਾਂ ਇਹਨਾਂ ਨੂੰ ਜਾਣਦੇ ਹੀ ਨਹੀਂ। ਕੀ ਉਹਨਾਂ ਨੇ ਕੋਈ ਤਸੱਲੀ ਬਖਸ਼ ਜਵਾਬ ਦਿੱਤਾ ਕਿ ਚੱਲਦੇ ਬਣੇ? ਨਹੀਂ, ਤਸੱਲੀ ਬਖਸ਼ ਦਾ ਕੋਈ ਜਵਾਬ ਨਹੀਂ ਜੀ। ਦੇਖੋ ਜਿਵੇਂ ਲੀਡਰਾਂ ਵਾਲੀ ਗੱਲ, ਬਸ ਕੋਈ ਨਹੀਂ, ਆਉਂਦੇ ਸਾਲ ਨੂੰ ਐਂ ਕਰਾਂਗੇ, ਜੇ ਐਂ ਕਰਾਂਗੇ ਜੀ ਤੁਸੀਂ, ਉਹ ਸਾਨੂੰ ਬਸ ਇਹ ਦੱਸ ਰਹੇ ਆ ਵੀ ਦੂਜੀਆਂ ਸਰਕਾਰਾਂ ਨੂੰ ਛੱਡ ਕੇ ਸਾਨੂੰ ਵੋਟ ਪਾਓ, ਪਰ ਅਸੀਂ ਪਹਿਲਾਂ ਇਹਨਾਂ 'ਤੇ ਇੱਕ ਵਾਰੀ ਟਰੱਸਟ ਕਰ ਚੁੱਕੇ ਹਾਂ, ਹੁਣ ਦੁਬਾਰਾ ਲੋਕ ਵੀ ਨਹੀਂ ਇਹ ਚਾਹੁੰਦੇ ਜੀ। ਵੋਟਾਂ ਕਰਨ ਆਏ ਆ ਸਿੱਧਾ ਦੱਸਦੇ ਹਾਂ ਅਸੀਂ, ਇੱਦੋਂ ਪਹਿਲਾਂ ਕੋਈ ਇੱਥੇ ਆਉਂਦਾ ਨਹੀਂ ਜਾਂਦਾ ਨੀਗਾ, ਅਤੇ ਵੇਖ ਲਓ ਇਹਨੇ ਕਹਿੰਦੇ ਵੀ ਸਾਨੂੰ ਉਹ ਨਹੀਂ ਦਿੱਤਾ, ਪਹਿਲਾਂ ਨਹੀਂ ਦੱਸਿਆ, ਪਹਿਲਾਂ ਕਿ 5 ਸਾਲ ਪਹਿਲਾਂ ਵੋਟਾਂ ਪੈਣ ਤੋਂ ਪਹਿਲਾਂ ਹੀ ਦੱਸਿਆ ਗਿਆ ਸਾਰਾ ਕੁਛ, ਵੀ ਆਹ ਇੰਨਾ ਸਾਰਾ ਐਸਟੀਮੇਟ ਬਣਾ ਕੇ ਦਿੱਤਾ ਗਿਆ ਸੀ ਇਹ, ਅਤੇ ਇੱਥੋਂ ਤੱਕ ਕਿ ਇਹਨਾਂ ਦੀ ਪਾਰਟੀ ਦੇ ਆਮ ਅਮਰਿੰਦਰ ਸਿੰਘ ਨੇ ਹੈਗੇ ਜੋ ਬਲਾਟੀਅਰ, ਉਹਨਾਂ ਨੇ ਵੀ ਦੱਸਿਆ ਸੀ, ਉਹਨਾਂ ਨੇ ਵੀ ਇਹਨਾਂ ਤੋਂ ਨਿਰਾਸ਼ਾ ਪ੍ਰਗਟ ਕੀਤੀ ਸੀ। ਖਿਡਾਰੀਆਂ ਦਾ ਕਹਿਣਾ ਕਿ ਹੁਣ ਪਾਰਟੀਆਂ ਸਾਡੇ ਤੋਂ ਵੋਟਾਂ ਦੀ ਆਸ ਨਾ ਰੱਖਣ, ਕਿਉਂਕਿ 5 ਸਾਲ ਤੱਕ ਇਹਨਾਂ ਨੂੰ ਸਾਡੀ ਯਾਦ ਨਹੀਂ ਆਉਂਦੀ ਅਤੇ ਹੁਣ ਸਾਰੇ ਹੀ ਭੱਜੇ ਆਉਂਦੇ ਨੇ। ਇਹਨਾਂ ਦਾ ਇਹੀ ਸਰਕਲ ਚੱਲਦਾ ਰਹਿੰਦਾ, ਬਸ ਵੋਟਾਂ ਵੇਲੇ ਆ ਜਾਣੇ, ਇਦੂ ਬਾਅਦ ਕਿਸੇ ਦੀ ਸਾਰ ਨਹੀਂ ਪੁੱਛਣੀ। ਜਿਵੇਂ ਅੱਜ ਆ ਗਏ ਪ੍ਰੋਫੈਸਰ ਸਾਧੂ ਸਿੰਘ ਜੀ ਦੇ ਮੁੰਡੇ, ਆਪ ਆਏ ਨਹੀਂ ਉਹ ਹੀ, ਅਤੇ ਹੁਣ ਦੇਖੋ ਜੀ ਜਿਵੇਂ ਇਹਨਾਂ ਦੇ ਆਪਦੇ ਵਰਕਰ ਹੀ ਸੀ ਬਲਦੇਵ ਸਿੰਘ ਜੀ, ਮਾਸਟਰ ਬਲਦੇਵ ਸਿੰਘ, ਉਹ ਪਾਰਟੀ ਛੱਡ ਗਏ, ਕਿਵੇਂ ਭਰੋਸਾ ਕਰੀਏ? ਇਦੂ ਬਾਅਦ ਫਿਰ ਇਹਨਾਂ ਦੇ ਸਾਡੇ ਜੈਤੋ ਦੇ ਨੁਮਿੰਦੇ ਸੀਗੇ ਜੀ ਮਨਿੰਦਰਜੀਤ ਪੈਨ ਕਾਰਡ ਜੀ, ਉਹ ਇਹਨਾਂ ਦੇ ਬਹੁਤ ਵਧੀਆ ਵਰਕਰ ਸੀਗੇ, ਉਹਨਾਂ ਨੇ ਸਟੇਡੀਅਮ ਵਾਸਤੇ ਬਹੁਤ ਚਿੱਠੀਆਂ ਲਿਖੀਆਂ ਜੀ, ਪਰ ਉਹ 'ਤੇ ਇਹਨਾਂ ਨੇ ਕੁਛ ਪ੍ਰਕਿਰਿਆ ਨਹੀਂ ਕੀਤੀ, ਅਤੇ ਹੁਣ ਇਹ ਕਹੀ ਜਾਂਦੇ ਜੀ ਸਾਨੂੰ ਤਾਂ ਚਿੱਠੀਆਂ ਐਂਡ 'ਤੇ ਲੇਟ ਪਹੁੰਚਿਆ, ਚੋਣ ਜਾਤਾ ਲੱਗ ਗਿਆ, ਅਤੇ 4 ਸਾਲਾਂ 'ਚ ਕੁਛ ਨਹੀਂ ਕੀਤਾ, ਚੋਣ ਜਾਤ ਹੁੰਦੀ ਸਰ, ਬਸ ਅਸੀਂ ਕਹਿੰਦੇ ਜੀ ਬਸ ਝੂਠੇ ਲਾ ਲੈਂਦੇ ਹੋਈ, ਜੇ ਕੰਮ ਕਰਨਾ ਸਿੱਧੀ ਤਰ੍ਹਾਂ ਨਾ ਕਰੋ ਜੀ, ਐਵੇਂ ਹੁਣ ਆ ਕੇ ਦਿਲਾਸੇ ਦੇਣ ਲੱਗ ਪਏ, ਬੂਟਾਂ ਪਵਾ ਦਿਓ, ਬਸ ਫਿਰ ਪੁੱਛਾਂਗੇ ਚਾਰ, ਇਹੀ ਕਹੀ ਜਾਂਦੇ ਜੀ। ਜਦੋਂ ਪ੍ਰੋਫੈਸਰ ਦੇ ਪੁੱਤਰ ਰਾਜਪਾਲ ਨੇ ਖੇਡ ਸਟੇਡੀਅਮ ਦੀ ਖਸਤਾ ਹਾਲਤ ਵੇਖੀ ਤਾਂ ਲੋਕਾਂ ਨੇ ਉਹਨਾਂ ਨੂੰ ਸਵਾਲ ਕੀਤਾ, ਤਾਂ ਕੋਈ ਤਸੱਲੀ ਵਾਲਾ ਜਵਾਬ ਨਹੀਂ ਦੇ ਸਕੇ। ਉਲਟਾ ਇਹ ਕਹਿ ਗਏ ਕਿ ਕਿਸੇ ਮੰਤਰੀ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਣੇ ਹਲਕੇ ਦੇ ਸਾਰੇ ਲੋਕਾਂ ਨੂੰ ਮਿਲ ਸਕਣ। ਇਹਨਾਂ ਦਾ ਕਹਿਣਾ ਠੀਕ ਹੈ ਜੀ, ਕਿਉਂਕਿ ਪਾਰਟੀਆਂ ਜਿਹੜੀਆਂ ਅਕਸਰ ਇਲੈਕਸ਼ਨਾਂ ਦੇ ਵਿੱਚ ਲੋਕਾਂ 'ਚ ਜਾਂਦੇ ਨੇ ਜਾਂ ਉਹਨਾਂ ਦੇ ਨੁਮਾਇੰਦੇ ਨੇ, ਆਗੂ ਨੇ, ਪਰ ਅਸੀਂ ਆਪ ਖੇਡਾਂ ਦੇ ਖੇਤਰ ਨਾਲ ਜੁੜੇ ਹੋਣ ਕਰਕੇ ਇੱਥੇ ਲਗਾਤਾਰ ਪਿਛਲੇ 4-5 ਸਾਲਾਂ ਤੋਂ ਆਪ ਵੀ ਆਉਂਦੇ ਰਹੇ ਹਾਂ ਇਸ ਗਰਾਊਂਡ ਦੇ ਵਿੱਚ, ਪਰ ਜਿਹੜੀ ਇਸ ਗਰਾਊਂਡ ਦੀ ਮੰਗ ਰੱਖੀ ਗਈ ਸੀ ਉਹ ਸਾਨੂੰ ਕੁਛ ਸਮਾਂ ਪਹਿਲਾਂ ਰੱਖੀ ਗਈ ਸੀਗੀ, ਜਿਹੜੀ ਮੰਗ ਤਕਨੀਕੀ ਤੌਰ 'ਤੇ ਕੁਛ ਤਾਂ ਇਹ ਆ ਵੀ ਜਿਹੜੀ ਹਜੇ ਹੋ ਨਹੀਂ ਸਕਦੀ, ਔਰ ਕੁਛ ਮੰਗਾਂ ਇਹੋ ਜਿਹੀਆਂ ਸੀ ਜਿਹੜੀਆਂ ਸਾਨੂੰ ਚੋਣ ਜਾਬਤਾ ਲੱਗਣ ਕਾਰਨ ਉਹ ਕੰਮ ਹਜੇ ਹੋ ਨਹੀਂ ਸਕਿਆ, ਜਿਨ੍ਹਾਂ ਦੀਆਂ ਸਿਫਾਰਿਸ਼ਾਂ MP ਸਾਹਿਬ ਵੱਲੋਂ ਅਸੀਂ ਡਿਪਾਰਟਮੈਂਟ ਨੂੰ ਦਿੱਤੀਆਂ ਹੋਈਆਂ, ਔਰ ਇਹਨਾਂ ਨਾਲ
ਅਸੀਂ ਅੱਜ ਇਸ ਲਈ ਇੱਥੇ ਦੱਸਣ ਆਏ ਹਾਂ ਵੀ ਜਿਹੜੇ ਇੱਥੋਂ ਦੇ ਸਟੇਡੀਅਮ ਨੂੰ ਇੱਕ ਨਵੇਂ ਢੰਗ ਨਾਲ ਤਿਆਰ ਕਰਨ ਦੇ ਵਿੱਚ, ਵਧੀਆ ਸਟੇਡੀਅਮ ਇਹਨੂੰ ਬਣਾਉਣ ਦੇ ਵਿੱਚ ਅਸੀਂ ਆਪਦੇ ਵੱਲੋਂ ਪੂਰਾ ਸਹਿਯੋਗ ਦੇਵਾਂਗੇ ਔਰ ਪੈਸਾ ਵੀ ਇੱਥੇ ਪੂਰਾ ਲੱਗੂਗਾ। ਇੱਕ ਪਬਲਿਕ ਨੇ ਇਹ ਵੀ ਕਹਿਣਾ ਕਿ ਐਮ ਪੀ ਸਾਹਿਬ ਨੇ ਐਮ ਪੀ ਬਣਨ ਤੋਂ ਬਾਅਦ ਕਦੇ ਗੇੜਾ ਵੀ ਨਹੀਂ ਮਾਰਿਆ ਮਤਲਬ ਕਿ ਸਟੇਡੀਅਮ ਦੇ ਵਿੱਚ, ਇਹਦੇ ਬਾਰੇ? ਨਹੀਂ, ਪਬਲਿਕ ਜਿਹੜੀ ਹੈ ਜੀ, ਪਬਲਿਕ ਤਾਂ ਬਹੁਤ ਵੱਡੀ ਫੈਲੀ ਹੋਈ ਹੈ ਜੀ। ਆਪਾਂ ਪਬਲਿਕ ਦੀ ਗੱਲ ਕਰੀਏ ਤਾਂ ਪਬਲਿਕ ਵਿੱਚ ਉਹ 15 ਲੱਖ ਦੇ ਕਰੀਬ ਐਮ ਪੀ ਹਲਕੇ 'ਚ ਵੋਟਰ ਨੇ ਔਰ ਇਹ ਪੋਸੀਬਲ ਪ੍ਰੈਕਟੀਕਲੀ ਵੀ ਨਹੀਂ ਹੁੰਦਾ ਵੀ ਇੱਕ ਬੰਦਾ ਜਿਹੜਾ ਕਿਸੇ ਪਾਰਟੀ ਦਾ ਆਗੂ ਆ ਜਾਂ ਪਾਰਲੀਮੈਂਟ ਦਾ ਮੈਂਬਰ ਆ ਜਾਂ ਵਿਧਾਨ ਸਭਾ ਦਾ ਮੈਂਬਰ ਹੈ ਵੀ ਉਹ 14-15 ਲੱਖ ਵੋਟਰਾਂ ਤੱਕ 5 ਸਾਲਾਂ 'ਚ ਪਹੁੰਚ ਕਰ ਸਕੇ। ਜੈਤੋ ਤੋਂ ਵਿਪਿਨ ਗੋਇਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ। ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 92563 92।